ਸਤਿ ਸ਼੍ਰੀ ਅਕਾਲ, ਮੈਂ ਹਾਂ ਜਸਵੀਰ ਅਤੇ ਟੀ ਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੈੱਡਲਾਈਨਸ 'ਤੇ। ਕੋਲੀਏਵਰੇ ਵੱਲੋਂ ਆਬਾਦੀ ਵਾਧਾ ਘਟਾਉਣ ਦਾ ਅਹਿਦ, ਕਿਹਾ ਲਿਬਰਲਸ ਨੇ ਇਮੀਗ੍ਰੇਸ਼ਨ ਪ੍ਰਣਾਲੀ ਤਬਾਹ ਕੀਤੀ। ਕੋਲੀਏਵਰੇ ਨੇ ਜਗਮੀਤ ਸਿੰਘ ਨੂੰ ਚਿੱਠੀ ਲਿਖ ਕੇ ਕੀਤੀ ਮੰਗ, ਜਗਮੀਤ ਸਿੰਘ ਨੂੰ ਟਰੂਡੋ ਸਰਕਾਰ ਤੋਂ ਸਮਰਥਨ ਵਾਪਸ ਲੈਣ ਨੂੰ ਕਿਹਾ। ਕੈਨੇਡਾ 'ਚ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਰਹੇ ਨੇ ਧਰਮਪਾਲ ਸੰਧੂ, ਖੁਦ ਅੰਮ੍ਰਿਤ ਛਕਣ ਤੋਂ ਬਾਅਦ ਹਜ਼ਾਰਾਂ ਨੌਜਵਾਨਾਂ ਦਾ ਛੁਡਵਾਇਆ ਨਸ਼ਾ। ਪੁਲਿਸ 'ਤੇ ਹਮਲਾ ਕਰਨ ਦੇ ਆਰੋਪ 'ਚ ਪੰਜਾਬੀ ਗ੍ਰਿਫਤਾਰ, ਵੈਨਕੂਵਰ ਦੇ ਹਵਾਈ ਅੱਡੇ ਤੋਂ ਬਰਾਮਦ ਹੋਏ ਨਸ਼ੀਲੇ ਪਦਾਰਥ। ਕੰਜ਼ਰਵੇਟਿਵ ਲੀਡਰ ਪੀਅਰੇ ਪੋਲੀਏਵਰੇ ਨੇ ਕਿਹਾ ਹੈ ਕਿ ਜੇ ਉਹ ਪ੍ਰਧਾਨ ਮੰਤਰੀ ਬਣਦੇ ਨੇ ਤਾਂ ਉਹ ਕੈਨੇਡਾ ਦੇ ਆਬਾਦੀ ਵਾਧੇ ਨੂੰ ਨੱਥ ਪਾਉਣਗੇ। ਪੋਲੀਏਵਰੇ ਨੇ ਕਿਹਾ ਹੈ ਕਿ ਲਿਬਰਲ ਸਰਕਾਰ ਨੇ ਮੁਲਕ ਦਾ ਇਮੀਗ੍ਰੇਸ਼ਨ ਸਿਸਟਮ ਤਬਾਹ ਕਰ ਦਿੱਤਾ ਹੈ ਅਤੇ ਉਹਨਾਂ ਨੇ ਇਮੀਗ੍ਰੇਸ਼ਨ 'ਚ ਕਟੌਤੀ ਕਰਨ ਦੀ ਵੀ ਗੱਲ ਆਖੀ। ਪੋਲੀਏਵਰੇ ਨੇ ਕਿਹਾ ਕਿ ਟਰੂਡੋ ਦੀ ਸਰਕਾਰ ਤੋਂ ਪਹਿਲਾਂ ਇਮੀਗ੍ਰੇਸ਼ਨ ਕੋਈ ਵਿਵਾਦਪੂਰਨ ਮੁੱਦਾ ਨਹੀਂ ਸੀ, ਪਰ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਘੱਟ ਤਨਖਾਹ ਵਾਲੇ ਵਿਦੇਸ਼ੀ ਕਾਮਿਆਂ 'ਚ ਹੋਏ ਵਾਧੇ ਨੇ ਉਸ ਪੁਰਾਣੀ ਧਾਰਨਾ ਨੂੰ ਫੇਲ ਕਰ ਦਿੱਤਾ ਕਿ ਵੱਧ ਲੋਕ ਲਿਆਉਣਾ ਕੈਨੇਡਾ ਵਾਸਤੇ ਚੰਗਾ ਹੈ। ਕਾਬੂ ਤੋਂ ਬਾਹਰ ਵਾਲੀ NDP ਲਿਬਰਲ ਸਰਕਾਰ ਨੇ ਸਾਡੇ ਸਿਸਟਮ ਨੂੰ ਤਬਾਹ ਕਰ ਦਿੱਤਾ, ਹੁਣ ਸਾਡੇ ਕੋਲ ਘੱਟ ਆਬਾਦੀ ਵਾਧਾ ਹੋਣਾ ਜ਼ਰੂਰੀ ਹੈ। ਉਹਨਾਂ ਕਿਹਾ ਕਿ ਕੈਨੇਡਾ ਦੀ ਆਬਾਦੀ ਵਾਧੇ ਦੀ ਦਰ ਉਹ ਹੋਣੀ ਚਾਹੀਦੀ ਹੈ ਜਿਹੜੀ ਹਾਊਸਿੰਗ, ਹੈਲਥ ਕੇਅਰ ਅਤੇ ਰੁਜ਼ਗਾਰ ਦੀ ਲੋੜ ਦੇ ਵਾਧੇ ਤੋਂ ਹੇਠਾਂ ਹੋਵੇ। ਹਾਲਾਂਕਿ ਪੋਲੀਏਵਰੇ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਕੀ ਉਹ ਕੈਨੇਡਾ 'ਚ ਦਾਖਲ ਹੋਣ ਵਾਲੇ ਸਥਾਈ ਨਿਵਾਸੀਆਂ ਦੀ ਗਿਣਤੀ 'ਚ ਵੀ ਕਮੀ ਕਰਨਾ ਚਾਹੁੰਦੇ ਨੇ ਜਾਂ ਨਹੀਂ। ਪੋਲੀਏਵਰੇ ਪਹਿਲਾਂ ਕਹਿ ਚੁੱਕੇ ਨੇ ਕਿ ਇਮੀਗ੍ਰੇਸ਼ਨ ਪੱਧਰਾਂ ਨੂੰ ਹਾਊਸਿੰਗ ਨਿਰਮਾਣ ਨਾਲ ਜੋੜਿਆ ਜਾਣਾ ਚਾਹੀਦਾ ਹੈ। ਕੈਨੇਡੀਅਨ ਮੌਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਨੇ ਜੁਲਾਈ 'ਚ ਲਗਭਗ 2,55,000 ਹਾਊਸਿੰਗ ਨਿਰਮਾਣ ਸ਼ੁਰੂ ਹੋਣ ਦੀ ਰਿਪੋਰਟ ਕੀਤੀ। ਫੈਡਰਲ ਸਰਕਾਰ ਇਸ ਸਾਲ ਲਗਭਗ 4,85,000 ਸਥਾਈ ਨਿਵਾਸੀਆਂ ਨੂੰ ਕੈਨੇਡਾ 'ਚ ਦਾਖਲ ਕਰੇਗੀ ਅਤੇ 2025 ਅਤੇ 2026 ਦੋਵਾਂ 'ਚ ਇਹ ਗਿਣਤੀ 5,00,000 ਤੱਕ ਪਹੁੰਚ ਜਾਵੇਗੀ। ਫੈਡਰਲ ਸਰਕਾਰ ਦੁਆਰਾ ਟੈਂਪਰੇਰੀ ਫੋਰਨ ਵਰਕਰਸ ਦੇ ਨਿਯਮਾਂ 'ਚ ਢਿੱਲ ਦੇਣ ਅਤੇ ਕੈਨੇਡਾ ਦੇ ਕਾਲਜਾਂ ਅਤੇ ਯੂਨੀਵਰਸਿਟੀਜ਼ ਨੂੰ ਅੰਤਰਰਾਸ਼ਟਰੀ ਵਿਦਿਆਰਥੀ ਸੰਸਥਾ ਦਾ ਨਾਟਕੀ ਤੌਰ 'ਤੇ ਵਿਸਥਾਰ ਕਰਨ ਦੀ ਇਜਾਜ਼ਤ ਦੇਣ ਤੋਂ ਬਾਅਦ ਕੋਵਿਡ ਤੋਂ ਬਾਅਦ ਦੇ ਯੁੱਗ 'ਚ ਗੈਰ ਸਥਾਈ ਨਿਵਾਸੀਆਂ ਦੀ ਗਿਣਤੀ ਇੱਕ ਭਿਆਨਕ ਰਫ਼ਤਾਰ ਨਾਲ ਵਧੀ ਹੈ। ਸਟੈਟਿਸਟਿਕਸ ਕੈਨੇਡਾ ਦੁਆਰਾ ਸੰਕਲਿਤ ਡਾਟਾ ਅਨੁਸਾਰ ਪਿਛਲੇ 3 ਸਾਲਾਂ 'ਚ ਗੈਰ ਸਥਾਈ ਨਿਵਾਸੀਆਂ ਦੀ ਗਿਣਤੀ, ਜਿਸ ਵਿੱਚ TFWs, ਅੰਤਰਰਾਸ਼ਟਰੀ ਵਿਦਿਆਰਥੀ ਅਤੇ ਪਨਾਹਗੀਰ ਸ਼ਾਮਲ ਨੇ, 2021 'ਚ ਲਗਭਗ 1.3 ਮਿਲੀਅਨ ਤੋਂ ਦੁੱਗਣੇ ਤੋਂ ਵੱਧ ਕੇ ਇਸ ਸਾਲ ਦੀ ਦੂਜੀ ਤਿਮਾਹੀ 'ਚ ਲਗਭਗ 2.8 ਮਿਲੀਅਨ ਦਰਜ ਕੀਤੀ ਗਈ ਹੈ। ਫੈਡਰਲ ਅੰਕੜੇ ਦਰਸਾਉਂਦੇ ਨੇ ਕਿ ਅਸਥਾਈ ਵਿਦੇਸ਼ੀ ਕਾਮਿਆਂ ਦੇ ਪ੍ਰੋਗਰਾਮ ਰਾਹੀਂ ਕੰਮ ਕਰਨ ਵਾਲੇ ਵਰਕਰਾਂ ਦੀ ਤਾਦਾਦ 2016 'ਚ 15,817 ਸੀ, ਜਦਕਿ 2023 ਤੱਕ ਇਹ ਗਿਣਤੀ 83,656 ਹੋ ਗਈ। ਸਰਕਾਰ ਵੱਲੋਂ ਕੀਤੀਆਂ ਨਵੀਆਂ ਤਬਦੀਲੀਆਂ ਘੱਟ ਤਨਖਾਹ ਵਾਲੇ TFWs ਦੀ ਗਿਣਤੀ ਨੂੰ ਲਗਭਗ 65,000 ਤੱਕ ਘਟਾ ਦੇਣਗੀਆਂ, ਜਿਸ ਨਾਲ ਇਹ ਸੰਖਿਆ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ 'ਤੇ ਪਹੁੰਚ ਜਾਵੇਗੀ। ਪੋਲੀਏਵਰੇ ਨੇ ਕਿਹਾ ਹੈ ਕਿ ਸਰਕਾਰ ਦੇ ਟੈਂਪਰੇਰੀ ਫੋਰਨ ਵਰਕਰ 'ਚ ਨਰਮੀ ਕਰਕੇ ਇਸ ਪ੍ਰੋਗਰਾਮ ਨੂੰ ਤਬਾਹ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਮੁਲਕ ਦਾ ਖੇਤੀਬਾੜੀ ਸੈਕਟਰ ਅਤੇ ਨਿਰਯਾਤ ਸੈਕਟਰ ਇਸ ਪ੍ਰੋਗਰਾਮ 'ਤੇ ਨਿਰਭਰ ਕਰਦਾ ਹੈ ਅਤੇ ਉਹ ਇਸ ਖੇਤਰ ਲਈ ਇਸ ਨੂੰ ਬਰਕਰਾਰ ਰੱਖਣਗੇ। ਪਰ ਉਹਨਾਂ ਇਹ ਵੀ ਕਿਹਾ ਕਿ ਉਹ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਰੋਕਣਾ ਚਾਹੁੰਦੇ ਹਨ ਜਿੱਥੇ ਉਹ ਕੈਨੇਡੀਅਨਸ ਤੋਂ ਨੌਕਰੀਆਂ ਖੋ ਰਹੇ ਨੇ। ਉਹਨਾਂ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਤਾਂ ਹੀ ਦਾਖਲਾ ਦੇਣਗੇ ਜੇਕਰ ਉਹਨਾਂ ਕੋਲ ਰਹਿਣ ਲਈ ਜਗ੍ਹਾ ਹੋਵੇਗੀ ਅਤੇ ਫੀਸ ਭੁਗਤਾਨ ਦੇ ਸਾਧਨ ਹੋਣਗੇ ਅਤੇ ਇੱਕ ਅਸਲ ਵਿੱਦਿਅਕ ਸੰਸਥਾ ਲਈ ਇੱਕ ਅਸਲ ਦਾਖਲਾ ਪੱਤਰ ਹੋਵੇਗਾ। ਟਰੂਡੋ ਨੇ ਸੋਮਵਾਰ ਨੂੰ ਕਿਹਾ ਸੀ ਕਿ ਸਰਕਾਰ ਹਰ ਸਾਲ ਕੈਨੇਡਾ ਵੱਲੋਂ ਸਵੀਕਾਰ ਕੀਤੇ ਜਾਣ ਵਾਲੇ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਨੂੰ ਘਟਾਉਣ 'ਤੇ ਵੀ ਵਿਚਾਰ ਕਰ ਰਹੀ ਹੈ। ਕੰਜ਼ਰਵੇਟਿਵ ਲੀਡਰ ਪੀਅਰੇ ਪੋਲੀਏਵਰ ਨੇ NDP ਲੀਡਰ ਜਗਮੀਤ ਸਿੰਘ ਨੂੰ ਇੱਕ ਪੱਤਰ ਲਿਖ ਕੇ ਉਹਨਾਂ ਨੂੰ ਲਿਬਰਲ ਸਰਕਾਰ ਲਈ ਆਪਣੀ ਪਾਰਟੀ ਦਾ ਸਮਰਥਨ ਵਾਪਸ ਲੈਣ ਲਈ ਕਿਹਾ ਤਾਂ ਜੋ ਕੈਨੇਡੀਅਨਸ ਅਗਲੇ ਸਾਲ ਦੀ ਬਜਾਏ ਇਸ ਫਾਲ ਸੀਜ਼ਨ 'ਚ ਵੋਟਾਂ ਪਾ ਸਕਣ।
ਓਲੀਵਰੇ ਨੇ ਪੱਤਰ 'ਚ ਲਿਖਿਆ, ਕੈਨੇਡੀਅਨਸ ਇਸ ਮਹਿੰਗੇ ਗੱਠਜੋੜ ਦਾ ਇੱਕ ਹੋਰ ਸਾਲ ਬਰਦਾਸ਼ਤ ਨਹੀਂ ਕਰ ਸਕਦੇ ਜਾਂ ਸਹਿਣ ਵੀ ਨਹੀਂ ਕਰ ਸਕਦੇ। ਤੁਹਾਨੂੰ ਕਿਸੇ ਨੇ ਟਰੂਡੋ ਨੂੰ ਸੱਤਾ 'ਚ ਰੱਖਣ ਲਈ ਵੋਟ ਨਹੀਂ ਦਿੱਤੀ ਸੀ, ਤੁਸੀਂ ਇੱਕ ਹੋਰ ਸਾਲ ਉਸ ਦੀ ਸਰਕਾਰ ਨੂੰ ਖਿੱਚੀ ਜਾਣ ਲਈ ਪਾਬੰਦ ਨਹੀਂ ਹੋ। ਮਹਿੰਗੇ ਗੱਠਜੋੜ 'ਚੋਂ ਬਾਹਰ ਨਿਕਲੋ ਅਤੇ ਇਸ ਸਾਲ ਅਕਤੂਬਰ 'ਚ ਕਾਰਬਨ ਟੈਕਸ ਚੋਣਾਂ ਸ਼ੁਰੂ ਕਰਨ ਲਈ ਇਸ ਸਤੰਬਰ 'ਚ ਸਰਕਾਰ 'ਚ ਅਵਿਸ਼ਵਾਸ ਦਾ ਵੋਟ ਪਾਓ ਜਾਂ ਤੁਸੀਂ ਸਦਾ ਲਈ ਸੈੱਲ ਆਊਟ ਸਿੰਘ ਵਜੋਂ ਜਾਣੇ ਜਾਓਗੇ। ਓਲੀਵਰੇ ਨੇ ਕਿਹਾ ਕਿ ਕੈਬਨਿਟ ਰਿਟਰੀਟ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਬਨਿਟ 'ਚ ਕੋਈ ਤਬਦੀਲੀ ਨਹੀਂ ਕੀਤੀ, ਜਿਸ ਦਾ ਅਰਥ ਹੈ ਕਿ ਜਿਹੜੇ ਮੰਤਰੀਆਂ ਕਰਕੇ ਅਪਰਾਧ, ਮਹਿੰਗਾਈ ਅਤੇ ਹਾਊਸਿੰਗ ਦੀ ਸਮੱਸਿਆ ਵਧੀ ਹੈ ਉਹ ਬਰਕਰਾਰ ਰਹਿਣਗੇ। ਇਹ ਪੁੱਛੇ ਜਾਣ 'ਤੇ ਕਿ ਕੈਬਨਿਟ 'ਚ ਫੇਰਬਦਲ ਕਿਉਂ ਨਹੀਂ ਕੀਤਾ ਗਿਆ, ਟਰੂਡੋ ਨੇ ਕਿਹਾ ਕਿ ਉਹ ਚਿਹਰਿਆਂ ਦੀ ਬਜਾਏ ਨੀਤੀ 'ਤੇ ਧਿਆਨ ਕੇਂਦਰਿਤ ਕਰਨਗੇ ਕਿਉਂਕਿ ਉਹ ਕੈਨੇਡੀਅਨਸ ਲਈ ਸਰਕਾਰ ਦੀ ਸਟੈਂਡਿੰਗ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਸ ਹਫ਼ਤੇ ਕੈਬਨਿਟ ਰਿਟਰੀਟ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਕਿ ਫੈਡਰਲ ਸਰਕਾਰ ਕੈਨੇਡਾ 'ਚ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਨੂੰ ਘਟਾ ਦੇਵੇਗੀ। ਵਿਦੇਸ਼ੀ ਕਾਮਿਆਂ ਦੀ ਗਿਣਤੀ 'ਚ ਇਤਿਹਾਸਕ ਵਾਧੇ ਤੋਂ ਬਾਅਦ ਕੈਨੇਡਾ 'ਚ ਕੁਝ ਮਾਹਿਰਾਂ ਦਾ ਵਿਚਾਰ ਸੀ ਕਿ ਇਸ ਵਰਤਾਰੇ ਕਰਕੇ ਪ੍ਰਵਾਸੀਆਂ ਅਤੇ ਨੌਜਵਾਨਾਂ 'ਚ ਬੇਰੁਜ਼ਗਾਰੀ ਵਧੀ। ਦੂਸਰਾ, ਟਰੂਡੋ ਨੇ ਚੀਨ 'ਚ ਬਣੇ ਇਲੈਕਟ੍ਰਿਕ ਵਾਹਨਾਂ 'ਤੇ 100% ਇੰਪੋਰਟ ਟੈਰਿਫ ਲਾਗੂ ਕਰਨ ਦਾ ਫੈਸਲਾ ਲਿਆ। ਹਾਲ ਹੀ 'ਚ ਗਵਰਨਮੈਂਟ ਹਾਊਸ ਲੀਡਰ ਕਰੀਨਾ ਗੋਲਡ ਨੇ ਕਿਹਾ ਸੀ ਕਿ ਉਹਨਾਂ ਨੂੰ ਯਕੀਨ ਹੈ ਕਿ NDP ਨਾਲ ਹੋਇਆ ਸਮਰਥਨ ਸਮਝੌਤਾ, ਜਿਸ ਕਰਕੇ ਲਿਬਰਲ ਸਰਕਾਰ ਸੱਤਾ 'ਚ ਟਿਕੀ ਹੋਈ ਹੈ, ਜੂਨ 2025 ਤੱਕ ਦੀ ਆਪਣੀ ਤੈਅ ਮਿਆਦ ਤੱਕ ਬਰਕਰਾਰ ਰਹੇਗਾ। ਅਸੀਂ ਜੂਨ ਦੇ ਅੰਤ ਤੱਕ ਸਮਝੌਤੇ 'ਤੇ ਦਸਤਖਤ ਕੀਤੇ ਸਨ। ਇਹ ਉਹ ਚੀਜ਼ ਹੈ ਜਿਸ 'ਤੇ ਦਸਤਖਤ ਕੀਤੇ ਗਏ ਸਨ ਅਤੇ ਸਹਿਮਤੀ ਦਿੱਤੀ ਗਈ ਸੀ, ਇਸ ਲਈ ਮੈਂ ਉਸੇ ਆਧਾਰ 'ਤੇ ਕੰਮ ਕਰਾਂਗੀ। ਕੈਨੇਡਾ 'ਚ ਨਸ਼ਿਆਂ ਦੇ ਪ੍ਰਕੋਪ ਨੂੰ ਠੱਲ ਪਾਉਣ ਲਈ ਜਿੱਥੇ ਵੱਖ-ਵੱਖ ਮਹਿਕਮੇ ਅਤੇ ਸਿਆਸੀ ਪਾਰਟੀਆਂ ਆਪਣਾ ਜ਼ੋਰ ਲਗਾ ਰਹੀਆਂ ਨੇ, ਉੱਥੇ ਹੀ ਪੰਜਾਬੀ ਮੂਲ ਦੇ ਧਰਮਪਾਲ ਸੰਧੂ ਵੀ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਕਰ ਰਹੇ ਨੇ। ਬ੍ਰੈਂਪਟਨ ਨਿਵਾਸੀ ਸੰਧੂ ਆਪਣੀ ਡਰੱਗ ਅਵੇਅਰਨੈਸ ਸੁਸਾਇਟੀ ਰਾਹੀਂ ਵੱਖ-ਵੱਖ ਥਾਵਾਂ ਉੱਪਰ ਲਗਾਤਾਰ ਸੈਮੀਨਾਰ ਕਰ ਰਹੇ ਨੇ। ਸੰਧੂ ਨੇ ਦੱਸਿਆ ਕਿ ਉਹ ਬੱਚਿਆਂ ਦੇ ਨਾਲ ਨਾਲ ਮਾਪਿਆਂ ਲਈ ਵੀ ਸੈਮੀਨਾਰ ਕਰਦੇ ਨੇ, ਜਿਸ ਵਿੱਚ ਵੱਖ-ਵੱਖ ਮਾਹਰ ਆ ਕੇ ਗੱਲਬਾਤ ਕਰਦੇ ਨੇ। ਮੀਡੀਆ ਨਾਲ ਗੱਲਬਾਤ ਦੌਰਾਨ ਧਰਮਪਾਲ ਸੰਧੂ ਨੇ ਕਿਹਾ ਕਿ ਉਹ ਖੁਦ ਵੀ ਸ਼ਰਾਬ ਦਾ ਸੇਵਨ ਕਰਦੇ ਰਹੇ ਨੇ ਅਤੇ 2011 ਦੌਰਾਨ ਅੰਮ੍ਰਿਤ ਛਕਣ ਤੋਂ ਬਾਅਦ ਉਹਨਾਂ ਨੇ ਪ੍ਰਚਾਰ ਦਾ ਇਹ ਕੰਮ ਸ਼ੁਰੂ ਕੀਤਾ। ਸੰਧੂ ਨੇ ਕਿਹਾ ਕਿ ਅਸੀਂ ਇੱਕ ਦਿਨ ਪਰਿਵਾਰਕ ਮੈਂਬਰ ਬੈਠ ਕੇ ਖਾਣਾ ਖਾ ਰਹੇ ਸੀ ਅਤੇ ਗੱਲਬਾਤ ਦੌਰਾਨ ਮੈਨੂੰ ਪਤਾ ਲੱਗਿਆ ਕਿ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ। ਅਸੀਂ ਪਹਿਲਾਂ ਸਮਾਗਮ ਖਾਲਸਾ ਸਕੂਲ 'ਚ ਰੱਖਿਆ ਅਤੇ ਬੱਚਿਆਂ ਤੋਂ ਨਸ਼ਿਆਂ ਬਾਰੇ ਸਵਾਲ ਪੁੱਛੇ, ਜਿਸ ਤੋਂ ਬਾਅਦ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ। ਉਹਨਾਂ ਦੱਸਿਆ ਕਿ ਉਹਨਾਂ ਦੀ ਸੰਸਥਾ ਬਿਨਾਂ ਕਿਸੇ ਸਹਾਇਤਾ ਤੋਂ ਇਹ ਕੰਮ ਕਰਦੀ ਹੈ। ਬੱਚਿਆਂ ਦੁਆਰਾ ਨਸ਼ੇ ਕੀਤੇ ਜਾਣ ਲਈ ਧਰਮਪਾਲ ਸੰਧੂ ਮਾਪਿਆਂ ਨੂੰ ਜ਼ਿੰਮੇਵਾਰ ਮੰਨਦੇ ਨੇ। ਗੱਲਬਾਤ ਦੌਰਾਨ ਧਰਮਪਾਲ ਸੰਧੂ ਨੇ ਕਿਹਾ ਕਿ ਬੱਚੇ ਆਪਣੇ ਮਾਪਿਆਂ ਨੂੰ ਦੇਖਦੇ ਨੇ ਅਤੇ ਉਹਨਾਂ ਦੀ ਹੀ ਨਕਲ ਕਰਦੇ ਨੇ। ਬਹੁਤ ਸਾਰੇ ਮਾਪੇ ਸ਼ਰਾਬ ਅਤੇ ਹੋਰ ਨਸ਼ਿਆਂ ਦਾ ਸੇਵਨ ਕਰਦੇ ਨੇ, ਜਿਸ ਤੋਂ ਇਹ ਆਦਤ ਬੱਚਿਆਂ 'ਚ ਜਾਂਦੀ ਹੈ। ਧਰਮਪਾਲ ਸੰਧੂ ਦਾ ਮੰਨਣਾ ਹੈ ਕਿ ਜੇਕਰ ਮਾਪੇ ਨਸ਼ਾ ਨਾ ਕਰਦੇ ਹੋਣ ਤਾਂ ਬੱਚੇ ਵੀ ਇਸ ਨੂੰ ਗਲਤ ਸਮਝਣਗੇ। ਪੰਜਾਬੀ ਭਾਈਚਾਰੇ 'ਚ ਇਸ ਸਮੱਸਿਆ ਬਾਰੇ ਗੱਲਬਾਤ ਕਰਦਿਆਂ ਸੰਧੂ ਨੇ ਕਿਹਾ ਕਿ ਪੰਜਾਬੀ ਮੂਲ ਦੇ ਲੋਕਾਂ ਨੇ ਕੈਨੇਡਾ 'ਚ ਆ ਕੇ ਕੰਮ, ਘਰ ਅਤੇ ਪੈਸੇ ਆਦਿ ਨੂੰ ਵਧੇਰੇ ਤਰਜੀਹ ਦਿੱਤੀ ਅਤੇ ਬੱਚਿਆਂ ਵੱਲ ਧਿਆਨ ਨਹੀਂ ਦਿੱਤਾ। ਸੰਧੂ ਨੇ ਕਿਹਾ ਕਿ ਅਸੀਂ ਜਦੋਂ ਵੀ ਕੋਈ ਸੈਮੀਨਾਰ ਕਰਦੇ ਹਾਂ ਤਾਂ ਉਸ ਵਿੱਚ ਪੰਜਾਬੀ ਮਾਪਿਆਂ ਦੀ ਗਿਣਤੀ ਨਦਾਰਦ ਹੁੰਦੀ ਹੈ, ਜਿੱਥੋਂ ਲੱਗਦਾ ਹੈ ਕਿ ਮਾਪਿਆਂ ਦੀ ਤਰਜੀਹ ਬੱਚੇ ਨਹੀਂ ਹਨ। ਅਸੀਂ ਮਾਪਿਆਂ ਨੂੰ ਹਮੇਸ਼ਾ ਅਪੀਲ ਕਰਦੇ ਹਾਂ ਕਿ ਉਹ ਅਜਿਹੇ ਸੈਮੀਨਾਰ ਆਦਿ 'ਚ ਸਰਗਰਮੀ ਨਾਲ ਹਿੱਸਾ ਲੈਣ। ਕੈਨੇਡਾ 'ਚ ਪੁਲਿਸ ਅਫਸਰ 'ਤੇ ਹਮਲਾ ਕਰਨ ਦੇ ਮਾਮਲੇ 'ਚ 32 ਸਾਲ ਦੇ ਸਾਹਿਬ ਪੂਨੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸ਼ਰਾਬ ਪੀ ਕੇ ਗੱਡੀ ਚਲਾ ਰਿਹਾ ਇੱਕ ਡਰਾਈਵਰ ਬਾਰੇ ਸ਼ਿਕਾਇਤ ਮਿਲਣ 'ਤੇ ਡੈਲਟਾ ਪੁਲਿਸ ਦੇ ਅਫਸਰ ਹਾਈਵੇ 17 ਅਤੇ 18 ਸਟਰੀਟ 'ਤੇ ਪੁੱਜੇ ਅਤੇ ਸੰਬੰਧਿਤ ਗੱਡੀ ਨੂੰ ਰੋਕਣ ਦਾ ਇਸ਼ਾਰਾ ਕੀਤਾ, ਪਰ ਡਰਾਈਵਰ ਨੇ ਗੱਡੀ ਨਾ ਰੋਕੀ। ਕੁਝ ਦੂਰੀ 'ਤੇ ਜਾ ਕੇ ਡਰਾਈਵਰ ਨੇ ਗੱਡੀ ਰੋਕ ਕੇ
ਅਤੇ ਡਰਾਈਵਰ ਨੇ ਬਾਹਰ ਨਿਕਲ ਕੇ ਪੁਲਿਸ ਅਫਸਰ 'ਤੇ ਹਮਲਾ ਕਰ ਦਿੱਤਾ। ਦੂਜਾ ਪੁਲਿਸ ਅਫਸਰ ਮਦਦ ਲਈ ਅੱਗੇ ਆਇਆ ਤਾਂ ਸ਼ਰਾਬੀ ਡਰਾਈਵਰ ਨੇ ਗ੍ਰਿਫਤਾਰੀ ਤੋਂ ਪਹਿਲਾਂ ਇੱਕ ਪੁਲਿਸ ਵਾਲੇ ਦੇ ਚਿਹਰੇ ਅਤੇ ਗਰਦਨ 'ਤੇ ਘਸੁੰਨ ਮਾਰ ਦਿੱਤੇ। ਇਸ ਮਗਰੋਂ ਡਰਾਈਵਰ ਪੁਲਿਸ ਦੇ ਕਾਬੂ 'ਚ ਆ ਗਿਆ ਅਤੇ ਪੁਲਿਸ ਅਫਸਰ ਨੂੰ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ ਗਈ। ਡੈਲਟਾ ਪੁਲਿਸ ਮੁਤਾਬਕ ਸਾਹਿਬ ਪੂਨੀਆ ਵਿਰੁੱਧ ਪੁਲਿਸ ਅਫਸਰ 'ਤੇ ਹਮਲਾ ਕਰਨ, ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਅਤੇ ਪੁਲਿਸ ਤੋਂ ਫਰਾਰ ਹੋਣ ਦਾ ਯਤਨ ਕਰਨ ਦੇ ਦੋਸ਼ ਲਾਏ ਗਏ ਨੇ। ਅਦਾਲਤ 'ਚ ਪੇਸ਼ੀ ਮਗਰੋਂ ਸਾਹਿਬ ਪੂਨੀਆ ਨੂੰ ਜ਼ਮਾਨਤ ਮਿਲ ਗਈ, ਪਰ ਕਈ ਸ਼ਰਤਾਂ ਦੀ ਪਾਲਣਾ ਕਰਨੀ ਹੋਵੇਗੀ। ਦੂਜੇ ਪਾਸੇ ਕੈਨੇਡਾ ਬਾਰਡਰ ਸਰਵਿਸਿਜ਼ ਵੱਲੋਂ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਤੋਂ 12.5 ਲੱਖ ਡਾਲਰ ਮੁੱਲ ਦੀ 25 ਕਿਲੋ ਮੈਥਾਮਫੈਟਾਮਿਨ ਬਰਾਮਦ ਕੀਤੀ ਗਈ ਹੈ, ਜੋ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਭੇਜੀ ਜਾ ਰਹੀ ਸੀ। CBSA ਵੱਲੋਂ ਜਾਰੀ ਬਿਆਨ ਮੁਤਾਬਕ ਵਿਦੇਸ਼ੀ ਕੁੱਤਿਆਂ ਦੀ ਮਦਦ ਨਾਲ ਇੱਕ ਕੈਨੇਡੀਅਨ ਸਿਟੀਜ਼ਨ ਦੇ ਸੂਟਕੇਸ 'ਚ 10 ਕਿਲੋ ਮੈਥਾਮਫੈਟਾਮਿਨ ਹੋਣ ਬਾਰੇ ਪਤਾ ਲੱਗਾ, ਜੋ ਚਲਾਕੀ ਨਾਲ ਸੂਟ ਦੇ ਲੁਕਵੇਂ ਹਿੱਸੇ 'ਚ ਰੱਖੀ ਗਈ ਸੀ। ਇਹ ਮਾਮਲਾ 27 ਜੁਲਾਈ ਨੂੰ ਸਾਹਮਣੇ ਆਇਆ, ਜਦਕਿ 29 ਜੁਲਾਈ ਨੂੰ ਇੱਕ ਹੋਰ ਕੈਨੇਡੀਅਨ ਸਿਟੀਜ਼ਨ ਕੋਲੋਂ 14 ਕਿਲੋ ਤੋਂ ਵੱਧ ਮੈਥਾਮਫੈਟਾਮਿਨ ਬਰਾਮਦ ਕੀਤੀ ਗਈ। ਮੁਸਾਫਰ ਦੇ ਸੂਟਕੇਸ ਦੀ ਪੜਤਾਲ ਦੌਰਾਨ 4 ਪੈਕਟ ਬਰਾਮਦ ਹੋਏ, ਜੋ ਕੱਪੜਿਆਂ 'ਚ ਲੁਕਾ ਕੇ ਰੱਖੇ ਗਏ ਸਨ। ਦੋਹਾਂ ਮਾਮਲਿਆਂ 'ਚ ਸ਼ੱਕੀਆਂ ਨੂੰ ਗ੍ਰਿਫਤਾਰ ਕਰਦਿਆਂ RCMP ਦੇ ਫੈਡਰਲ ਸੀਰੀਅਸ ਐਂਡ ਔਰਗਨਾਈਜ਼ਡ ਕ੍ਰਾਈਮ ਯੂਨਿਟ ਦੇ ਹਵਾਲੇ ਕਰ ਦਿੱਤਾ ਗਿਆ। ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਡੋਮਿਨਿਕ ਲੈਬਲੈਂਕ ਨੇ ਨਸ਼ਿਆਂ ਦੀ ਬਰਾਮਦਗੀ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਮੁਲਕ ਦੇ ਲੋਕਾਂ ਦੀ ਸੁਰੱਖਿਆ ਸਾਡੀ ਮੁੱਖ ਤਰਜੀਹ ਹੈ ਅਤੇ ਇਸੇ ਉਪਰਾਲੇ ਤਹਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕੀ ਗਈ ਹੈ। ਆਪਣੀਆਂ ਕਮਿਊਨਿਟੀਜ਼ ਦੀ ਹਿਫਾਜ਼ਤ ਕਰਦਿਆਂ ਔਰਗਨਾਈਜ਼ਡ ਕ੍ਰਾਈਮ ਦਾ ਟਾਕਰਾ ਕੀਤਾ ਜਾ ਰਿਹਾ ਹੈ। ਨਸ਼ਿਆਂ ਦੀ ਵੱਡੀ ਬਰਾਮਦਗੀ CBSA ਅਤੇ RCMP ਦਰਮਿਆਨ ਤਾਲਮੇਲ ਸਦਕਾ ਹੀ ਸੰਭਵ ਹੋ ਸਕੀ ਹੈ। ਓਨਟਾਰੀਓ 'ਚ ਜਲਦ ਤੋਂ ਜਲਦ ਚੋਣਾਂ ਕਰਵਾਉਣ ਦੇ ਯਤਨਾਂ ਤਹਿਤ PC ਪਾਰਟੀ ਵੱਲੋਂ ਨਾਮਜ਼ਦਗੀਆਂ ਦਾ ਸਿਲਸਿਲਾ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਸਟੀਫਨ ਲੈਚੇ ਸਣੇ ਕਈ ਮੰਤਰੀ ਮੁੜ ਚੋਣ ਲੜਨ ਦੀ ਹਾਮੀ ਭਰ ਚੁੱਕੇ ਨੇ। ਗ੍ਰੀਨ ਪਾਰਟੀ ਦੇ ਆਗੂ ਮਾਈਕ ਸ਼੍ਰੀਨਰ ਨੇ ਕਿਹਾ ਹੈ ਕਿ ਵਿਧਾਨ ਸਭਾ ਚੋਣਾਂ ਦਾ ਅਸਲ ਸਮਾਂ ਜੂਨ 2026 ਬਣਦਾ ਹੈ, ਪਰ ਨਾਮਜ਼ਦਗੀਆਂ ਲਈ ਕੀਤੀ ਜਾ ਰਹੀ ਕਾਲ ਤੋਂ ਹਾਲਾਤ ਸਪਸ਼ਟ ਹੋ ਚੁੱਕੇ ਨੇ। ਉਹਨਾਂ ਕਿਹਾ ਕਿ ਚੋਣਾਂ 'ਚ ਵੱਧ ਤੋਂ ਵੱਧ 1 ਸਾਲ ਦਾ ਸਮਾਂ ਰਹਿੰਦਿਆਂ ਨਾਮਜ਼ਦਗੀਆਂ ਦਾ ਸਿਲਸਿਲਾ ਸ਼ੁਰੂ ਕੀਤਾ ਜਾਂਦਾ ਹੈ, ਪਰ ਮੌਜੂਦਾ ਸਰਗਰਮੀਆਂ ਦੇ ਮੱਦੇਨਜ਼ਰ ਹਰ ਪਾਰਟੀ ਨੂੰ ਕਮਰ ਕੱਸ ਲੈਣੀ ਚਾਹੀਦੀ ਹੈ। ਮਾਈਕ ਸ਼੍ਰੀਨਰ ਨੇ ਦੋਸ਼ ਲਾਇਆ ਕਿ ਡੱਗਫੋਰਡ ਸਰਕਾਰ ਸਹੀ ਤਰੀਕੇ ਨਾਲ ਲੋਕਾਂ ਦੀ ਸੇਵਾ ਕਰਨ ਦੀ ਬਜਾਏ ਸਿਆਸਤ ਖੇਡਣ 'ਤੇ ਜ਼ਿਆਦਾ ਜ਼ੋਰ ਦੇ ਰਹੀ ਹੈ। ਦੂਜੇ ਪਾਸੇ ਲਿਬਰਲ ਪਾਰਟੀ ਅਤੇ NDP ਪਹਿਲਾਂ ਹੀ ਡੱਗਫੋਰਡ ਦੇ ਇਰਾਦਿਆਂ ਨੂੰ ਸਮਝ ਚੁੱਕੇ ਹਨ ਅਤੇ ਅੰਦਰੋਂ ਅੰਦਰੀ ਚੋਣ ਤਿਆਰੀਆਂ ਆਰੰਭ ਜਾ ਚੁੱਕੀਆਂ ਨੇ। ਲਿਬਰਲ ਆਗੂ ਬੌਨੀ ਕਰੋਂਬੀ ਸੂਬੇ ਦੇ ਦੌਰਾ ਕਰ ਚੁੱਕੇ ਨੇ ਅਤੇ ਮੌਜੂਦਾ ਵਿਧਾਇਕਾਂ ਸਣੇ ਸੰਭਾਵਿਤ ਉਮੀਦਵਾਰਾਂ ਦੀ ਸੂਚੀ 'ਤੇ ਗੌਰ ਕੀਤਾ ਜਾ ਰਿਹਾ ਹੈ। NDP ਵੱਲੋਂ 5 ਸਤੰਬਰ ਤੋਂ 7 ਸਤੰਬਰ ਦਰਮਿਆਨ ਨਾਮਜ਼ਦਗੀਆਂ ਬਾਰੇ ਮੀਟਿੰਗਾਂ ਕੀਤੀਆਂ ਜਾਣਗੀਆਂ, ਜਦਕਿ ਐਤਵਾਰ ਨੂੰ ਲਿਬਰਲ ਪਾਰਟੀ ਟੋਰੀਆ ਦੇ ਕਬਜ਼ੇ ਵਾਲੀਆਂ ਸੀਟਾਂ 'ਤੇ ਨਵੇਂ ਉਮੀਦਵਾਰਾਂ ਨੂੰ ਮੈਦਾਨ 'ਚ ਉਤਾਰਨ ਦਾ ਸਿਲਸਿਲਾ ਆਰੰਭ ਕਰੇਗੀ। ਲਿਬਰਲ ਪਾਰਟੀ ਦੇ ਰਣਨੀਤੀਕਾਰ ਐਂਡਰਿਊ ਪੇਰੇਜ਼ ਨੇ ਅਗਲੀਆਂ ਵਿਧਾਨ ਸਭਾ ਚੋਣਾਂ ਜਦੋਂ ਵੀ ਹੋਣ ਪਾਰਟੀ ਤਿਆਰ ਬਰ ਤਿਆਰ ਰਹੇਗੀ। ਉਹਨਾਂ ਕਿਹਾ ਕਿ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦਾ ਸ਼ੋਸ਼ਾ ਵਿਰੋਧੀ ਧਿਰ ਨੂੰ ਡਾਵਾਂਡੋਲ ਕਰਨ ਦੀ ਸਾਜਿਸ਼ ਹੋ ਸਕਦੀ ਹੈ। ਲਿਬਰਲ ਪਾਰਟੀ ਵੱਲੋਂ ਠੰਮੇ ਨਾਲ ਉਮੀਦਵਾਰਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ, ਜਿਨ੍ਹਾਂ 'ਚੋਂ ਬਿਹਤਰੀਨ ਦੀ ਚੋਣ ਕੀਤੀ ਜਾਵੇਗੀ। ਚੇਤੇ ਰਹੇ ਕਿ ਪਿਛਲੇ ਦਿਨੀ ਟੌਡ ਸਮਿਥ ਦਾ ਮਹਿਕਮਾ ਬਦਲ ਕੇ ਸਿੱਖਿਆ ਮੰਤਰੀ ਬਣਾਏ ਜਾਣ ਮਗਰੋਂ ਉਹਨਾਂ ਨੇ ਮੰਤਰੀ ਦੀ ਕੁਰਸੀ ਅਤੇ ਵਿਧਾਇਕ ਦਾ ਅਹੁਦਾ ਦੋਵੇਂ ਛੱਡ ਦਿੱਤੇ। ਪ੍ਰੀਮੀਅਰ ਡੱਗਫੋਰਡ ਨੇ ਵੀ ਜ਼ਿਮਨੀ ਚੋਣ ਦਾ ਐਲਾਨ ਕਰਨ ਲੱਗਿਆਂ ਸਮਾਂ ਨਹੀਂ ਲਾਇਆ ਅਤੇ ਹੁਣ ਸਤੰਬਰ 'ਚ ਵੋਟਾਂ ਪੈਣਗੀਆਂ। ਜ਼ਿਮਨੀ ਚੋਣ ਤੋਂ ਲੋਕਾਂ ਦਾ ਰੁਝਾਨ ਪਤਾ ਲੱਗ ਜਾਵੇਗਾ ਅਤੇ ਇਸ ਤੋਂ ਬਾਅਦ ਹੀ ਮੱਧਕਾਲੀ ਚੋਣਾਂ ਬਾਰੇ ਕੋਈ ਫੈਸਲਾ ਸਾਹਮਣੇ ਆ ਸਕਦਾ ਹੈ। ਕੈਨੇਡਾ 'ਚ ਕਾਲੀ ਖੰਘ ਦੇ ਮਰੀਜ਼ਾਂ ਦੀ ਗਿਣਤੀ ਹੈਰਾਨੀਕੁੰਨ ਤਰੀਕੇ ਨਾਲ ਵੱਧ ਰਹੀ ਹੈ ਅਤੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬਾ ਕਿਊਬਿਕ ਨਜ਼ਰ ਆ ਰਿਹਾ ਹੈ, ਜਿੱਥੇ 12,000 ਦੇ ਨੇੜੇ ਮਰੀਜ਼ ਸਾਹਮਣੇ ਆ ਚੁੱਕੇ ਨੇ। ਕਿਊਬਿਕ 'ਚ 2015 ਤੋਂ 2019 ਦਰਮਿਆਨ
ਕਾਲੀ ਖੰਘ ਦੇ ਔਸਤ ਮਰੀਜ਼ਾਂ ਦੀ ਗਿਣਤੀ ਸਿਰਫ 562 ਦਰਜ ਕੀਤੀ ਗਈ। ਦੂਜੇ ਪਾਸੇ ਓਨਟਾਰੀਓ ਅਤੇ ਨਿਊ ਬ੍ਰੰਜ਼ਵਿਕ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਉਹ ਵੀ ਚੰਗੇ ਨੇ। ਓਨਟਾਰੀਓ 'ਚ ਤਕਰੀਬਨ ਜੂਨ ਦੇ ਅੰਤ ਤੱਕ 470 ਮਰੀਜ਼ ਸਾਹਮਣੇ ਆਏ, ਜਦਕਿ ਮਹਾਂਮਾਰੀ ਤੋਂ ਪਹਿਲਾਂ 5 ਸਾਲ ਦਾ ਔਸਤ ਅੰਕੜਾ ਸਿਰਫ 98 ਦਰਜ ਕੀਤਾ ਗਿਆ। ਟੋਰਾਂਟੋ ਵਿਖੇ ਮੌਜੂਦਾ ਵਰ੍ਹੇ ਦੌਰਾਨ 99 ਮਰੀਜ਼ਾਂ ਦੀ ਤਸਦੀਕ ਹੋ ਚੁੱਕੀ ਹੈ ਅਤੇ ਓਟਵਾ ਵਿਖੇ ਗਿਣਤੀ 76 ਦੱਸੀ ਜਾ ਰਹੀ ਹੈ। ਦੋਹਾਂ ਸ਼ਹਿਰਾਂ ਦਾ ਅੰਕੜਾ ਮਹਾਂਮਾਰੀ ਤੋਂ ਪਹਿਲਾਂ ਮੁਕਾਬਲੇ ਦੁੱਗਣੇ ਤੋਂ ਵੀ ਉੱਤੇ ਚੱਲ ਰਿਹਾ ਹੈ, ਜਦਕਿ ਸਾਲ ਦੇ ਕਈ ਮਹੀਨੇ ਬਾਕੀ ਨੇ। ਪਿਛਲੇ ਦਿਨੀ ਨਿਊ ਬ੍ਰੰਜ਼ਵਿਕ ਵਿਖੇ 141 ਮਰੀਜ਼ ਸਾਹਮਣੇ ਆਉਣ ਦੀ ਤਸਦੀਕ ਕੀਤੀ ਗਈ, ਜਦਕਿ ਸੂਬੇ ਦਾ ਔਸਤ ਅੰਕੜਾ ਪਿਛਲੇ ਸਾਲ ਦੇ ਅੰਤ ਤੱਕ ਸਿਰਫ 34 ਦਰਜ ਕੀਤਾ ਗਿਆ। ਕਾਲੀ ਖੰਘ ਨੂੰ ਵੈਕਸੀਨੇਸ਼ਨ ਰਾਹੀਂ ਰੋਕਿਆ ਜਾ ਸਕਦਾ ਹੈ, ਜੋ ਇੱਕ ਮਰੀਜ਼ ਤੋਂ ਦੂਜੇ ਤੱਕ ਬੇਹੱਦ ਤੇਜ਼ੀ ਨਾਲ ਫੈਲਦੀ ਹੈ ਅਤੇ ਸਭ ਤੋਂ ਜ਼ਿਆਦਾ ਅਸਰ 10 ਤੋਂ 14 ਸਾਲ ਦੇ ਬੱਚਿਆਂ 'ਤੇ ਪੈਂਦਾ ਹੈ। ਟੋਰਾਂਟੋ ਪਬਲਿਕ ਹੈਲਥ ਦੇ ਐਸੋਸੀਏਟ ਮੈਡੀਕਲ ਅਫਸਰ ਡਾਕਟਰ ਐਲੀਸਨ ਕ੍ਰਿਸ ਦਾ ਕਹਿਣਾ ਹੈ ਕਿ ਹਰ 2 ਤੋਂ 5 ਸਾਲ ਬਾਅਦ ਕਾਲੀ ਖੰਘ ਦੇ ਮਰੀਜ਼ਾਂ ਦੇ ਵਿੱਚ ਤੇਜ਼ ਵਾਧਾ ਹੁੰਦਾ ਹੈ ਅਤੇ ਸੰਭਾਵਿਤ ਤੌਰ 'ਤੇ ਇਸ ਵੇਲੇ ਉਹੀ ਸਮਾਂ ਚੱਲ ਰਿਹਾ ਹੈ। ਮਰੀਜ਼ ਨੂੰ ਖੰਘ ਵਾਰ ਵਾਰ ਛਿੜਦੀ ਹੈ ਅਤੇ ਇਹ ਕਈ ਹਫ਼ਤੇ ਤੱਕ ਰਹਿੰਦੀ ਹੈ। ਨਿਊ ਬ੍ਰੰਜ਼ਵਿਕ ਦੇ ਕਾਰਜਕਾਰੀ ਚੀਫ ਮੈਡੀਕਲ ਅਫਸਰ ਦਾ ਕਹਿਣਾ ਹੈ ਕਿ 10 ਸਾਲ ਤੋਂ ਵੱਧ ਸਮਾਂ ਹੋ ਗਿਆ ਸੂਬੇ 'ਚ ਕਦੇ ਕਾਲੀ ਖੰਘ ਦੇ ਮਰੀਜ਼ਾਂ ਦੀ ਗਿਣਤੀ ਇੰਨੀ ਨਹੀਂ ਵਧੀ। ਕਾਲੀ ਖੰਘ ਤੋਂ ਬਚਾਅ ਕਰਨ ਵਾਲੀਆਂ ਵੈਕਸੀਨਸ ਕੈਨੇਡਾ ਦੇ ਟੀਕਾਕਰਨ ਪ੍ਰੋਗਰਾਮ ਦਾ ਹਿੱਸਾ ਨੇ ਅਤੇ 2 ਮਹੀਨੇ ਦੇ ਬੱਚੇ ਤੋਂ ਵੈਕਸੀਨੇਸ਼ਨ ਸ਼ੁਰੂ ਹੋ ਜਾਂਦੀ ਹੈ। ਟੋਰਾਂਟੋ ਵਿਖੇ ਬੱਚਿਆਂ ਦੀਆਂ ਬਿਮਾਰੀਆਂ ਦੀ ਮਾਹਿਰ ਡਾਕਟਰ ਐਨਾ ਬੈਨਰਜੀ ਦਾ ਕਹਿਣਾ ਸੀ ਕਿ ਵੈਕਸੀਨ ਪ੍ਰਤੀ ਝਿਜਕ ਵੀ ਵੱਡੇ ਪੱਧਰ 'ਤੇ ਬਿਮਾਰੀ ਫੈਲਣ ਦਾ ਕਾਰਨ ਹੋ ਸਕਦੀ ਹੈ। ਸਿਰਫ ਕੈਨੇਡਾ ਹੀ ਨਹੀਂ, ਅਮਰੀਕਾ 'ਚ ਵੀ ਕਾਲੀ ਖੰਘ ਦੇ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਦਰਜ ਕੀਤਾ ਗਿਆ ਹੈ ਅਤੇ ਜੁਲਾਈ ਮਹੀਨੇ ਦੌਰਾਨ ਪੈਨ ਅਮੈਰੀਕਨ ਹੈਲਥ ਏਜੰਸੀ ਨੇ ਕਾਲੀ ਖੰਘ ਬਾਰੇ ਅਲਰਟ ਜਾਰੀ ਕੀਤਾ ਸੀ। ਕਿਊਬਾ ਤੋਂ ਵਾਪਸ ਆਏ 21 ਅਮਰੀਕੀ ਯਾਤਰੀਆਂ 'ਚ ਓਰੋ ਪਾਊਚ ਵਾਇਰਸ ਨਾਲ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ ਨੇ। US ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਇਹ ਜਾਣਕਾਰੀ ਦਿੱਤੀ ਹੈ। CDC ਦੇ ਨਵੇਂ ਅੰਕੜਿਆਂ ਮੁਤਾਬਕ ਕਿਊਬਾ ਤੋਂ ਵਾਪਸ ਆਏ ਜਿਨ੍ਹਾਂ 21 ਅਮਰੀਕੀ ਯਾਤਰੀਆਂ 'ਚ ਵਾਇਰਸ ਦੇ ਮਾਮਲੇ ਮਿਲੇ, ਉਹਨਾਂ 'ਚੋਂ ਵਧੇਰੇ ਲੋਕ ਆਪਣੇ ਆਪ ਠੀਕ ਹੋ ਜਾਣਗੇ। CDC ਮੁਤਾਬਕ ਸ਼ੁਰੂਆਤੀ ਬਿਮਾਰੀ ਦੇ ਹੱਲ ਦੇ ਬਾਅਦ ਘੱਟੋ ਘੱਟ 3 ਰੋਗੀਆਂ ਨੇ ਵਾਰ ਵਾਰ ਲੱਛਣਾਂ ਦਾ ਅਨੁਭਵ ਕੀਤਾ। ਓਰਾ ਪਾਊਚ ਵਾਇਰਸ ਅਮਰੀਕਾ 'ਚ ਇੱਕ ਉੱਭਰਦਾ ਹੋਇਆ ਆਰਥਰੋਪੋਡ ਜਨਿਤ ਵਾਇਰਸ ਹੈ, ਜਿਸ ਨੇ ਮਨੁੱਖੀ ਸਿਹਤ ਜ਼ੋਖਮ ਬਾਰੇ ਚਿੰਤਾਵਾਂ ਵਧਾਈਆਂ ਨੇ। CDC ਨੇ ਡਾਕਟਰਾਂ ਅਤੇ ਜਨਤਕ ਸਿਹਤ ਮੁਲਾਜ਼ਮਾਂ ਨੂੰ ਅਮਰੀਕੀ ਯਾਤਰੀਆਂ 'ਚ ਓਰਾ ਪਾਊਚ ਵਾਇਰਸ ਰੋਗ ਬਾਰੇ ਜਾਗਰੂਕ ਰਹਿਣ ਅਤੇ ਸ਼ੱਕੀ ਮਾਮਲਿਆਂ ਲਈ ਟੈਸਟ ਕਰਨ ਦੀ ਅਪੀਲ ਕੀਤੀ ਹੈ। ਯਾਤਰੀਆਂ ਨੂੰ ਯਾਤਰਾ ਦੌਰਾਨ ਕੀੜੇ ਦੇ ਕੱਟੇ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ ਅਤੇ ਗਰਭਵਤੀ ਔਰਤਾਂ ਨੂੰ ਓਰੋ ਪਾਊਚ ਵਾਇਰਸ ਰੋਗ ਵਾਲੇ ਖੇਤਰ ਦੀ ਯਾਤਰਾ ਤੋਂ ਬਚਣ ਬਾਰੇ ਵਿਚਾਰ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਮੈਡੀਕੇਡ ਸੰਯੁਕਤ ਰਾਜ 'ਚ ਸਭ ਤੋਂ ਵੱਡਾ ਸਿਹਤ ਬੀਮਾ ਪ੍ਰੋਗਰਾਮ, ਵਰਤਮਾਨ 'ਚ 83 ਮਿਲੀਅਨ ਤੋਂ ਵੱਧ ਲੋਕਾਂ ਨੂੰ ਮੁਫ਼ਤ ਜਾਂ ਘੱਟ ਲਾਗਤ ਵਾਲੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ। ਮਹਾਂਮਾਰੀ ਦੇ ਦੌਰਾਨ ਸਿਹਤ ਬੀਮੇ ਤੱਕ ਲਗਾਤਾਰ ਪਹੁੰਚ ਗਵਾਉਣ ਦੇ ਨਤੀਜੇ ਵਜੋਂ ਮਹਾਨ ਅਨਵਾਈਂਡਿੰਗ ਨੇ ਲਗਭਗ 23 ਮਿਲੀਅਨ ਲੋਕਾਂ, ਜਿਨ੍ਹਾਂ ਵਿੱਚ 3 ਮਿਲੀਅਨ ਬੱਚੇ ਵੀ ਸ਼ਾਮਲ ਨੇ, ਉਹਨਾਂ ਨੂੰ ਗਵਾ ਦਿੱਤਾ ਜਾਂ ਸਿਹਤ ਬੀਮੇ ਤੱਕ ਪਹੁੰਚ ਗਵਾਉਣ ਦੀ ਸੰਭਾਵਨਾ ਹੈ। ਮੈਡੀਕੇਡ ਦਾ ਵਿਸਤਾਰ ਕਰਕੇ ਕਵਰੇਜ ਗੈਪ ਨੂੰ ਬੰਦ ਕਰਨਾ, ਰਾਜਾਂ ਲਈ ਕਵਰੇਜ ਦਰਾਂ ਨੂੰ ਵਧਾਉਣ ਅਤੇ ਸਿਹਤ ਇਕੁਇਟੀ ਪ੍ਰਾਪਤ ਕਰਨ ਦੇ ਸਭ ਤੋਂ ਮਹੱਤਵਪੂਰਨ ਤਰੀਕਿਆਂ 'ਚੋਂ ਇੱਕ ਹੈ। ਫਿਰ ਵੀ 10 ਰਾਜ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦੱਖਣ 'ਚ ਹਨ, ਅਜੇ ਵੀ ਕਿਫਾਇਤੀ ਕੇਅਰ ਐਕਟ ਦੇ ਤਹਿਤ ਆਪਣੇ ਮੈਡੀਕੇਡ ਪ੍ਰੋਗਰਾਮ ਦਾ ਵਿਸਥਾਰ ਕਰਨ ਤੋਂ ਇਨਕਾਰ ਕਰਦੇ ਨੇ। ਇਹਨਾਂ ਰਾਜਾਂ 'ਚ ਦੇਸ਼ 'ਚ ਸਭ ਤੋਂ ਵੱਧ ਸਿਹਤ ਅਸਮਾਨਤਾਵਾਂ ਨੇ। ਐਥਨਿਕ ਮੀਡੀਆ ਸਰਵਿਸਿਜ਼ ਨੇ ਰੌਬਰਟ ਵੁੱਡ ਜੌਨਸਨ ਫਾਊਂਡੇਸ਼ਨ ਨਾਲ ਮਿਲ ਕੇ ਮੈਡੀਕੇਡ ਨੂੰ ਮਜ਼ਬੂਤ ਕਰਨ
ਅਤੇ ਸਾਰਿਆਂ ਲਈ ਸਿਹਤ ਸੰਭਾਲ ਤੱਕ ਬਰਾਬਰ ਪਹੁੰਚ ਯਕੀਨੀ ਬਣਾਉਣ ਲਈ ਕਵਰੇਜ ਨੂੰ ਵਧਾਉਣ ਦੀ ਜ਼ਰੂਰਤ ਬਾਰੇ ਚਰਚਾ ਕਰਨ ਲਈ ਮਾਹਿਰਾਂ ਨੂੰ ਇਕੱਠਾ ਕੀਤਾ। ਪੈਨਲਿਸਟਾਂ ਨੇ ਜ਼ੋਰ ਦਿੱਤਾ ਕਿ ਮੈਡੀਕੇਡ ਸਿਰਫ ਇੱਕ ਸਰਕਾਰੀ ਪ੍ਰੋਗਰਾਮ ਤੋਂ ਵੱਧ ਹੈ, ਇਹ ਲੱਖਾਂ ਅਮਰੀਕੀਆਂ ਲਈ ਜੀਵਨ ਰੇਖਾ ਹੈ। ਉਸਨੇ ਕਵਰੇਜ ਗੈਪ ਨੂੰ ਬੰਦ ਕਰਨ ਲਈ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ, ਖਾਸ ਕਰਕੇ ਉਹਨਾਂ ਰਾਜਾਂ 'ਚ ਜਿਨ੍ਹਾਂ ਨੇ ਅਜੇ ਤੱਕ ਮੈਡੀਕੇਡ ਦਾ ਵਿਸਤਾਰ ਨਹੀਂ ਕੀਤਾ। ਮੈਡੀਕੇਅਰ ਅਤੇ ਮੈਡੀਕੇਡ 60 ਸਾਲ ਪੁਰਾਣੇ ਪ੍ਰੋਗਰਾਮ ਨੇ। ਮੈਡੀਕੇਅਰ ਇੱਕ ਪੂਰੀ ਤਰ੍ਹਾਂ ਸੰਘੀ ਪ੍ਰੋਗਰਾਮ ਹੈ, ਜਦਕਿ ਮੈਡੀਕੇਡ ਇੱਕ ਸੰਘੀ ਰਾਜ ਭਾਗੀਦਾਰੀ ਵਜੋਂ ਬਣਾਇਆ ਗਿਆ ਸੀ। ਪੈਨਲਿਸਟ ਕਹਿੰਦੇ ਨੇ ਹਾਲਾਂਕਿ ਸੰਘੀ ਸਰਕਾਰ ਗਰੀਬ ਰਾਜਾਂ 'ਚ ਵਧੇਰੇ ਖਰਚ ਕਰਦੀ ਹੈ, ਕੁੱਲ ਮਿਲਾ ਕੇ ਮੈਡੀਕੇਡ ਪ੍ਰੋਗਰਾਮ ਦੇਸ਼ 'ਚ ਸਿਹਤ ਬੀਮੇ ਦਾ ਸਭ ਤੋਂ ਵੱਡਾ ਸਿੰਗਲ ਸਰੋਤ ਹੈ, ਜੋ ਕਿ 50 ਵੱਖਰੇ ਰਾਜ ਪ੍ਰੋਗਰਾਮਾਂ 'ਚ ਵੰਡਿਆ ਹੋਇਆ ਹੈ। ਬੋਸਟਨ 'ਚ ਇੱਕ ਸੰਘੀ ਗ੍ਰੈਂਡ ਜੂਰੀ ਨੇ ਕੋਕੀਨ ਅਤੇ ਮੈਥਾਮਫੈਟਾਮਾਈਨ ਦੀ ਵੰਡ ਲਈ 2 ਨੂੰ ਦੋਸ਼ੀ ਠਹਿਰਾਇਆ। ਫ੍ਰਿਜ਼ਨੋ ਕੈਲੀਫੋਰਨੀਆ ਦੇ ਸਿਮਰਨਜੀਤ ਸਿੰਘ ਅਤੇ ਗੁਰਸਿਮਰਤ ਸਿੰਘ ਦੇ ਖਿਲਾਫ਼ 5 ਕਿਲੋਗ੍ਰਾਮ ਜਾਂ ਇਸ ਤੋਂ ਵੱਧ ਕੋਕੀਨ ਅਤੇ 500 ਗ੍ਰਾਮ ਜਾਂ ਇਸ ਤੋਂ ਵੱਧ ਮੈਥਾਮਫੈਟਾਮਾਈਨ ਵੰਡਣ ਦੇ ਇਰਾਦੇ ਨਾਲ ਰੱਖਣ ਅਤੇ ਵੰਡਣ ਦੀ ਸਾਜਿਸ਼ ਦੇ 2 ਮਾਮਲੇ ਦਰਜ ਕੀਤੇ ਗਏ ਸਨ। ਇਸ ਤੋਂ ਇਲਾਵਾ 5 ਕਿਲੋਗ੍ਰਾਮ ਜਾਂ ਇਸ ਤੋਂ ਵੱਧ ਕੋਕੀਨ ਅਤੇ 500 ਗ੍ਰਾਮ ਜਾਂ ਇਸ ਤੋਂ ਵੱਧ ਮੈਥਾਮਫੈਟਾਈਨ ਵੰਡਣ ਦੇ ਇਰਾਦੇ ਨਾਲ ਕਬਜ਼ੇ ਦੀ ਇੱਕ ਗਿਣਤੀ ਉਹਨਾਂ ਵਿਰੁੱਧ ਲਿਆਂਦੀ ਗਈ ਸੀ। 29 ਜੁਲਾਈ 2024 ਨੂੰ ਉਹਨਾਂ ਦੀਆਂ ਗ੍ਰਿਫਤਾਰੀਆਂ ਤੋਂ ਬਾਅਦ ਦੋਵਾਂ ਨੂੰ ਹਿਰਾਸਤ 'ਚ ਲਿਆ ਗਿਆ। ਅਦਾਲਤ ਦੇ ਦਸਤਾਵੇਜ਼ਾਂ 'ਚ ਦੱਸਿਆ ਗਿਆ ਕਿ ਜਸੂਸਾਂ ਨੂੰ ਕੈਲੀਫੋਰਨੀਆ 'ਚ ਆਪਰੇਸ਼ਨਾਂ ਵਾਲੀ ਇੱਕ ਨਸ਼ੀਲੇ ਪਦਾਰਥ ਦੀ ਤਸਕਰੀ ਕਰਨ ਵਾਲੀ ਸੰਸਥਾ ਬਾਰੇ ਪਤਾ ਲੱਗਿਆ, ਜੋ ਬੋਸਟਨ 'ਚ ਮੈਥਾਮਫੈਟਾਮਾਈਨ ਸਮੇਤ ਨਸ਼ੀਲੇ ਪਦਾਰਥ ਭੇਜ ਰਹੀ ਸੀ। ਇੱਕ DTO ਮੈਂਬਰ ਅੰਡਰਕਵਰ ਅਫਸਰਾਂ ਨੂੰ 65 ਪੌਂਡ ਜਾਂ ਲਗਭਗ 30 ਕਿਲੋਗ੍ਰਾਮ ਮੈਥਾਮਫੈਟਾਮਾਈਨ ਵੇਚਣ ਦੀ ਮੰਗ ਕਰਦਾ ਹੈ। ਗੁਪਤ ਜਾਂਚਕਰਤਾਵਾਂ ਨੂੰ ਇਹ ਪਹੁੰਚਾਉਣ ਲਈ 29 ਜੁਲਾਈ 2024 ਨੂੰ ਰਾਤ 10:15 ਦੇ ਕਰੀਬ ਇੱਕ ਚਿੱਟੇ ਰੰਗ ਦਾ ਟਰੱਕ ਪਹਿਲਾਂ ਤੋਂ ਵਿਵਸਥਿਤ ਪਤੇ 'ਤੇ ਭੇਜਿਆ ਗਿਆ। ਉਸ ਟਰੱਕ ਦੇ ਡਰਾਈਵਰ ਅਤੇ ਸਵਾਰੀ ਦੀ ਪਛਾਣ ਗੁਰਸਿਮਰਤ ਸਿੰਘ ਅਤੇ ਸਿਮਰਨਜੀਤ ਸਿੰਘ ਵਜੋਂ ਕੀਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਉਹਨਾਂ ਨੇ ਗੁਪਤ ਜਾਂਚਕਰਤਾਵਾਂ ਨੂੰ 65 ਪੌਂਡ ਸ਼ੱਕੀ ਮੈਥਾਮਫੈਟਾਮਾਈਨ ਦਿੱਤੀ। ਦੋਵਾਂ ਨੂੰ ਤੁਰੰਤ ਕਾਬੂ ਕਰ ਲਿਆ ਗਿਆ। ਟਰੱਕ ਦੀ ਕੈਬ ਦੀ ਤਲਾਸ਼ੀ ਦੇ ਦੌਰਾਨ $10.5 million ਤੋਂ ਵੱਧ ਦੀ ਕੀਮਤ ਦੇ ਸ਼ੱਕੀ ਕੋਕੀਨ ਦੇ 400 ਕਿਲੋਗ੍ਰਾਮ ਤੋਂ ਵੱਧ ਬਲਾਕ ਮਿਲੇ। ਅਦਾਲਤੀ ਫਾਈਲਿੰਗਸ ਦੇ ਅਨੁਸਾਰ ਇਹ ਡਾਟਾ ਦਿੱਤਾ ਗਿਆ ਹੈ। ਦੋਸ਼ਾਂ 'ਚ ਘੱਟੋ ਘੱਟ 10 ਸਾਲ ਦੀ ਸਜ਼ਾ ਅਤੇ ਵੱਧ ਤੋਂ ਵੱਧ ਉਮਰ ਕੈਦ ਅਤੇ $10 million ਦਾ ਜੁਰਮਾਨਾ ਹੋ ਸਕਦਾ ਹੈ। ਸੰਯੁਕਤ ਰਾਜ ਅਮਰੀਕਾ ਦੇ ਸਭ ਤੋਂ ਵੱਡੇ ਸਿੱਖ ਨਾਗਰਿਕ ਅਧਿਕਾਰ ਸਮੂਹ ਸਿੱਖ ਕੋਲੀਸ਼ਨ ਨੇ 11 ਅਗਸਤ ਨੂੰ ਕੈਲੀਫੋਰਨੀਆ 'ਚ ਇੱਕ ਸਿੱਖ ਐਕਟੀਵਿਸਟ ਨੂੰ ਗੋਲੀ ਮਾਰਨ ਦੀ ਘਟਨਾ ਬਾਰੇ ਨਿਆਂ ਵਿਭਾਗ ਨੂੰ ਇੱਕ ਪੱਤਰ ਲਿਖਿਆ ਹੈ। ਪੱਤਰ 'ਚ ਸਿੱਖ ਕੋਲੀਸ਼ਨ ਨੇ ਆਪਣੀ ਚਿੰਤਾ ਸਾਂਝੀ ਕੀਤੀ ਹੈ ਕਿ ਇਹ ਹਮਲਾ ਭਾਰਤ ਸਰਕਾਰ ਦੁਆਰਾ ਸੰਭਾਵਿਤ ਤੌਰ 'ਤੇ ਕੀਤੇ ਗਏ ਅੰਤਰਰਾਸ਼ਟਰੀ ਦਮਨ ਦੀ ਇੱਕ ਉਦਾਹਰਣ ਹੋ ਸਕਦੀ ਹੈ। ਇਸ ਪੱਤਰ 'ਚ ਕਿਹਾ ਗਿਆ ਕਿ ਗੋਲੀਬਾਰੀ ਦੇ ਪਿੱਛੇ ਦੇ ਉਦੇਸ਼ ਦੀ ਜਨਤਕ ਤੌਰ 'ਤੇ ਰਿਪੋਰਟ ਨਹੀਂ ਕੀਤੀ ਗਈ, ਪਰ ਇਹ ਘਟਨਾ ਪਿਛਲੇ ਸਾਲ ਕੈਨੇਡਾ 'ਚ ਸਿੱਖ ਐਕਟੀਵਿਸਟ ਹਰਦੀਪ ਸਿੰਘ ਨਿੱਜਰ ਦੀ ਡਰਾਈਵ ਬਾਏ ਗੋਲੀਬਾਰੀ ਦੇ ਬਾਅਦ ਵਾਪਰੀ ਹੈ। ਕੈਨੇਡੀਅਨ ਸਰਕਾਰ ਇਸ ਮਾਮਲੇ 'ਚ ਭਾਰਤ ਸਰਕਾਰ ਨਾਲ ਸੰਭਾਵੀ ਸੰਬੰਧਾਂ ਦੀ ਜਾਂਚ ਕਰ ਰਹੀ ਹੈ। ਪੱਤਰ 'ਚ ਉਹਨਾਂ ਨੇ ਅੱਗੇ ਕਿਹਾ ਕਿ ਅਸੀਂ ਸਿੱਟੇ 'ਤੇ ਨਹੀਂ ਜਾਣਾ ਚਾਹੁੰਦੇ, ਅਸੀਂ ਜਾਣਦੇ ਹਾਂ ਕਿ ਸਥਾਨਕ ਅਤੇ ਸੰਘੀ ਕਾਨੂੰਨ ਲਾਗੂ ਕਰਨ ਵਾਲੇ ਇਸ ਅਪਰਾਧ ਦੀ ਜਾਂਚ ਕਰ ਰਹੇ ਨੇ। ਹਾਲਾਂਕਿ ਅਸੀਂ ਅੰਤਰਰਾਸ਼ਟਰੀ ਦਮਨ ਅਤੇ ਨਿਸ਼ਾਨਾ ਨਫ਼ਰਤ ਤੋਂ ਸਿੱਖ ਭਾਈਚਾਰੇ ਨੂੰ ਦਰਪੇਸ਼ ਮੌਜੂਦਾ ਜ਼ੋਖਮਾਂ ਵੱਲ ਧਿਆਨ ਦਿਵਾਉਣਾ ਚਾਹੁੰਦੇ ਹਾਂ ਕਿ ਤੁਹਾਡਾ ਦਫ਼ਤਰ 11 ਅਗਸਤ ਨੂੰ ਹੋਈ ਗੋਲੀਬਾਰੀ ਦਾ ਮੁਲਾਂਕਣ ਕਰਦੇ ਸਮੇਂ ਇਸ ਨੂੰ ਧਿਆਨ 'ਚ ਰੱਖੇ। ਗੱਠਜੋੜ ਨੇ ਨੋਟ ਕੀਤਾ ਕਿ DOJ ਨੇ ਹਾਲ ਹੀ 'ਚ ਨਿਖਿਲ ਗੁਪਤਾ ਦੇ ਖਿਲਾਫ ਇੱਕ ਸੁਪਰਸੀਡਿੰਗ ਇਲਜ਼ਾਮ ਨੂੰ ਸੀਲ ਕਰ ਦਿੱਤਾ ਹੈ, ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ GOI ਦੇ ਇੱਕ ਬੇਨਾਮ ਕਰਮਚਾਰੀ ਨੇ
ਨਿਊਯਾਰਕ ਸਿਟੀ 'ਚ ਇੱਕ ਸਿੱਖ ਅਮਰੀਕੀ ਐਕਟਿਵਿਸਟ ਦੀ ਹੱਤਿਆ 'ਚ ਤਾਲਮੇਲ ਕਰਨ ਲਈ ਇੱਕ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਭਰਤੀ ਕੀਤਾ। ਇਸ ਤੋਂ ਇਲਾਵਾ ਜੂਨ 2023 'ਚ ਹਰਦੀਪ ਸਿੰਘ ਨਿੱਜਰ ਦੀ ਕੈਨੇਡਾ 'ਚ ਉਸਦੇ ਗੁਰਦੁਆਰੇ ਦੇ ਬਾਹਰ ਹੱਤਿਆ ਕਰ ਦਿੱਤੀ ਗਈ ਸੀ। ਇਹਨਾਂ ਘਟਨਾਵਾਂ ਦੇ ਮੱਦੇਨਜ਼ਰ ਸਿੱਖ ਕੋਲੀਸ਼ਨ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਕੈਲੀਫੋਰਨੀਆ 'ਚ ਹਾਲ ਹੀ 'ਚ ਹੋਈ ਗੋਲੀਬਾਰੀ ਜਿਸ ਵਿੱਚ ਇੱਕ ਸਿੱਖ ਐਕਟਿਵਿਸਟ ਅਤੇ ਨਿੱਜਰ ਦੇ ਸਹਿਯੋਗੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਭਾਰਤ ਸਰਕਾਰ ਦੀ ਤਾਜ਼ਾ ਕੋਸ਼ਿਸ਼ ਨੂੰ ਦਰਸਾਉਂਦੀ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਹੈਡਲਾਈਨਸ 'ਤੇ। ਓਲੀਵੇਰੇ ਵੱਲੋਂ ਆਬਾਦੀ ਵਾਧਾ ਘਟਾਉਣ ਦਾ ਅਹਿਦ, ਕਿਹਾ ਲਿਬਰਲਜ਼ ਨੇ ਇਮੀਗ੍ਰੇਸ਼ਨ ਪ੍ਰਣਾਲੀ ਤਬਾਹ ਕੀਤੀ। ਓਲੀਵੇਰੇ ਨੇ ਜਗਮੀਤ ਸਿੰਘ ਨੂੰ ਚਿੱਠੀ ਲਿਖ ਕੇ ਕੀਤੀ ਮੰਗ, ਜਗਮੀਤ ਸਿੰਘ ਨੂੰ ਟਰੂਡੋ ਸਰਕਾਰ ਤੋਂ ਸਮਰਥਨ ਵਾਪਸ ਲੈਣ ਨੂੰ ਕਿਹਾ। ਕੈਨੇਡਾ 'ਚ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਰਹੇ ਨੇ ਧਰਮਪਾਲ ਸੰਧੂ, ਖੁਦ ਅੰਮ੍ਰਿਤ ਛਕਣ ਤੋਂ ਬਾਅਦ ਹਜ਼ਾਰਾਂ ਨੌਜਵਾਨਾਂ ਦਾ ਛੁਡਵਾਇਆ ਨਸ਼ਾ। ਪੁਲਿਸ 'ਤੇ ਹਮਲਾ ਕਰਨ ਦੇ ਆਰੋਪ 'ਚ ਪੰਜਾਬੀ ਗ੍ਰਿਫਤਾਰ, ਵੈਨਕੂਵਰ ਦੇ ਹਵਾਈ ਅੱਡੇ ਤੋਂ ਬਰਾਮਦ ਹੋਏ ਨਸ਼ੀਲੇ ਪਦਾਰਥ। ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ, ਦੇਖਦੇ ਰਹੋ TV ਪੰਜਾਬ।